ਦੋਸਤੋ ਜਦੋਂ ਸਿੱਖਾਂ ਦੀ ਗੱਲ ਹੁੰਦੀ ਹੈ ਤਾਂ ਕੁਰਬਾਨੀਆਂ ਦੀ ਗੱਲ ਹੁੰਦੀ ਹੈ ਬਹੁਤ ਸਾਰੀਆਂ ਸ਼ਹਾਦਤਾਂ ਦੀ ਗੱਲ ਹੁੰਦੀ ਹੈ ਬਹੁਤ ਸਾਰੇ ਸਾਖਿਆਂ ਦੀ ਗੱਲ ਹੁੰਦੀ ਹੈ ਤੇ ਮਨੁੱਖਤਾ ਦੀ ਗੱਲ ਹੁੰਦੀ ਹੈ ਖਾਸ ਕਰਕੇ ਸਿੱਖ ਔਮ ਹਮੇਸ਼ਾ ਸਾਨੂੰ ਸੁਨੇਹਾ ਦਿੰਦੀ ਹੈ ਆਪਣੇਪਨ ਦਾ ਮਨੁੱਖਤਾ ਦਾ ਇਨਸਾਨੀਅਤ ਦਾ ਇਸੇ ਕਰਕੇ ਬਹੁਤ ਸਾਰੀਆਂ ਕੁਰਬਾਨੀਆਂ ਜਿਹੜੀਆਂ ਕੀਤੀਆਂ ਗਈਆਂ ਉਹ ਸਿਰਫ ਮਾਨਵਤਾ ਦੇ ਆਧਾਰ ਤੇ ਕੀਤੀਆਂ ਗਈਆਂ ਨਾ ਕਿ ਕਿਸ ਧਰਮਾਂ ਦੇ ਆਧਾਰ ਤੇ ਸਿੱਖ ਔਮ ਦੇ ਲਈ ਲਗਾਤਾਰ ਕੋਸ਼ਿਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾਰੀ ਨੇ ਅਜਿਹੀ ਇੱਕ ਕੋਸ਼ਿਸ਼ ਕੀਤੀ ਹੈ ਦੀ ਯੂਨਾਈਟਿਡ ਸਿੱਖ ਨੇ ਵਿਦੇਸ਼ਾਂ ਦੇ ਵਿੱਚ ਹੁਣ ਸਿੱਖੀ ਇਤਿਹਾਸ ਬਾਰੇ ਬੱਚਿਆਂ ਨੂੰ ਪੜਾਇਆ ਜਾਵੇਗਾ 5ਵੀਂ 6ਵੀਂ ਦੀਆਂ ਜਮਾਤਾਂ ਦੇ ਵਿੱਚ ਵਿਦਿਆਰਥੀਆਂ ਨੂੰ ਇਹ ਦੱਸਿਆ ਜਾਵੇਗਾ ਸਿੱਖ ਕੌਮ ਹੈ ਕੀ ਅਤੇ ਸਿੱਖੀ ਦਾ ਆਧਾਰ ਕੀ ਹੈ ਵਿਦੇਸ਼ਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਉੱਥੋਂ ਦੇ ਸਿੱਖਿਆ ਵਿਭਾਗ ਦੇ ਨਾਲ ਮਿਲ ਕੇ ਦੀ ਯੂਨਾਈਟਿਡ ਸਿੱਖ ਨੇ ਉਪਰਾਲਾ ਕੀਤਾ ਕਿ ਕਲਾਸਾਂ ਦੇ ਵਿੱਚ ਵਿਦਿਆਰਥੀਆਂ ਨੂੰ ਇਹ ਪੜਾਇਆ ਜਾਵੇ ਕਿ ਸਿੱਖ ਕੌਮ ਹੈ ਕੀ ਬਹੁਤ ਸਾਰੀਆਂ ਘਟਨਾਵਾਂ ਜਈਆਂ ਵਾਪਰਤੀਆਂ ਰਹੀਆਂ ਕਿ ਨਸਲੀ ਹਮਲੇ ਹੁੰਦੇ ਸੀ ਨਸਲੀ ਟਿੱਪਣੀਆਂ ਹੁੰਦੀਆਂ ਸੀ ਅਤੇ ਲੋਕਾਂ ਨੂੰ 70% ਦੇ ਅੰਕੜੇ ਕਹਿੰਦੇ ਨੇ ਕਿ 70% ਅਮਰੀਕਾ ਦੇ ਲੋਕਾਂ ਨੂੰ ਪਤਾ ਨਹੀਂ ਵੀ ਸਿੱਖ ਹੈ ਕੌਣ ਇਸੇ ਕਰਕੇ ਉਹਨਾਂ ਤੇ ਬਹੁਤ ਸਾਰੇ ਨਸਲੀ ਹਮਲੇ ਹੁੰਦੇ ਸੀ ਹੁਣ ਇਹ ਜਦੋਂ ਕਲਾਸਾਂ ਦੇ ਵਿੱਚ ਇਹ ਉਪਰਾਲਾ ਕੀਤਾ ਗਿਆ ਕਲਾਸਾਂ ਦੇ ਵਿੱਚ ਵਿਦਿਆਰਥੀ ਨੂੰ ਪੜਾਇਆ ਜਾਵੇਗਾ ਕਿ ਸਿੱਖੀ ਹੈ ਕੀ ਤਾਂ ਇਹਦੇ ਨਾਲ ਬਹੁਤ ਸਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਫਾਇਦੇ ਹੋ ਸਕਦੇ ਨੇ ਆਓ ਅੱਜ ਇਸ ਬਾਰੇ ਨੌਜਵਾਨਾਂ ਦੇ ਨਾਲ ਗੱਲ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਇਸ ਉਪਰਾਲੇ ਨੂੰ ਕਿਦਾਂ ਦੇਖਦੇ ਨੇ ਤੇ ਵਿਦੇਸ਼ਾਂ ਦੇ ਵਿੱਚ ਜਿਹੜੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਨੇ ਕੀ ਉਦਾਂ ਦੇ ਉਪਰਾਲੇ ਪੰਜਾਬ ਦੇ ਵਿੱਚ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਉਹਨਾਂ ਦੇ ਬਾਰੇ ਵੀ ਅੱਜ ਅਸੀਂ ਗੱਲ ਕਰਾਂਗੇ ਕੀ ਨਾਮ ਜੀ ਤੁਹਾਡਾ ਬਾਬਾ ਸਿੰਘ ਜੀ ਪਹਿਲਾਂ ਤਾਂ ਗੁਰਪਤਿ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਦੇਸ਼ ਵਿਦੇਸ਼ ਦੀ ਸੰਗਤਾਂ ਨੂੰ ਤੇ ਗੱਲ ਇਦਾਂ ਹੈ ਵੀਰ ਜੀ ਜਿਵੇਂ ਸਾਡੀ ਮੇਨ ਸਰਮੌਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਹੈ ਐਸਜੀਪੀਸੀ ਤੇ ਇਹਨਾਂ ਨੂੰ ਚਾਹੀਦਾ ਸੀ ਮੇਨ ਅੱਗੇ ਆਣਾ ਤੇ ਇਹ ਜਿਹੜੀ ਹੈਗੀ ਹੈ ਪਹਿਲਾਂ ਹੀ ਰਾਜਨੀਤਿਕ ਨੀਤੀ ਦੇ ਵਿੱਚ ਜਿਹੜੀ ਕੁਝ ਕ ਨੇਤਾ ਲੋਕਾਂ ਦੀ ਕਟਪੁਤਲੀ ਬਣ ਕੇ ਰਹਿ ਚੁੱਕੀ ਹੈ ਇਹਨੂੰ ਸਾਰੇ ਉਪਰਾਲੇ ਆਪ ਕਰਨੇ ਚਾਹੀਦੇ ਸੀ ਪੰਜਾਬ 'ਚ ਜਿਵੇਂ ਕਿ ਸਿੱਖ ਇਤਿਹਾਸ ਜਿਹੜਾ ਹੈਗਾ ਮੇਨ ਪੜਾਉਣਾ ਚਾਹੀਦਾ ਸੀ ਉਹ ਨਹੀਂ ਪੜਾ ਰਹੇ ਜਿਵੇਂ ਸਾਰਾ ਗੜੀ ਦੀ ਕਹਾਣੀ ਲਾ ਲੋ ਆਪਣੇ 20 ਸਿੰਘਾਂ ਨੇ 12000 ਮੁਗਲ ਫੌਜਾਂ ਦੇ ਨਾਲ ਟੱਕਰ ਲਈ ਤੇ ਬਾਹਰਲੀਆਂ ਕੰਟਰੀਆਂ ਪੜਾ ਰਹੀਆਂ ਇਹ ਇਤਿਹਾਸ ਸਾਡੇ ਵਾਲੇ ਇੱਥੇ ਗਾਇਬ ਕਰ ਰਹੇ ਆ ਤੇ ਵੈਸੇ ਵੀ ਸਾਡੀ ਕੁਲਮ ਲਾ ਕੇ ਅਸੀਂ ਵੈਸੇ ਵੀ ਆਪਣੇ ਆਪ ਨੂੰ ਕੁਝ ਚਲਾਕ ਬਣਨ ਦੀ ਕੋਸ਼ਿਸ਼ ਕਰਦੇ ਸਿੱਖੀ ਆਪਣੇ ਆਪ ਨੂੰ ਕਿਉਂਕਿ ਇੱਕ ਬਾਰੂ ਵਿਦੇਸ਼ ਤੋਂ ਆਇਆ ਹੋਇਆ ਜਿਵੇਂ ਅ ਚਲੋ ਆਪਣੇ ਦੇਸ਼ ਤੋਂ ਹੀ ਲਾ ਲਓ ਜਿਵੇਂ ਜੁਪੀ ਜਾਂ ਬਿਹਾਰ ਤੋਂ ਕੋਈ ਕਪਈਆ ਆ ਜਾਂਦਾ ਉਹ ਸਾਨੂੰ ਘਰ ਦੇ 8-7 ਮੈਂਬਰਾਂ ਨੂੰ ਪੰਜਾਬੀ ਮਤਲਬ ਬੋਲਣ ਦੀ ਬਜਾਏ ਹਿੰਦੀ ਸਿਖਾ ਦਿੰਦਾ ਹੈ ਤੇ ਸਾਡੇ ਵਾਲੇ ਮਤਲਬ ਉਸ ਨੂੰ ਪੰਜਾਬੀ ਸਿਖਾਣ ਦੀ ਬਜਾਏ ਉਹਦੇ ਨਾਲ ਹਿੰਦੀ ਚ ਗੱਲ ਕਰਨਗੇ ਤੇ ਮਤਲਬ ਕੁੱਲ ਮਿਲਾ ਕੇ ਕਿਤੇ ਜਿਆਦਾ ਅਸੀਂ ਆਪਣੇ ਆਪ ਨੂੰ ਚਲਾ ਕੇ ਸਮਝਦੇ ਹਾਂ ਵੀ ਅਸੀਂ ਤੈਨੂੰ ਪੰਜਾਬੀ ਸਿੱਖਣ ਦੀ ਲੋੜ ਨਹੀਂ ਵੀ ਅਸੀਂ ਤੈਨੂੰ ਹਿੰਦੀ ਸਿਖਾ ਦਿੰਨੇ ਆ ਤੇ ਬਲਕਿ ਚਾਹੀਦਾ ਇਹ ਸੀ ਵੀ ਉਹ ਇੱਕ ਬੰਦਾ ਹੈ ਤੇ ਉਹ ਨੂੰ 7 ਜਣੇ 8 ਜਣੇ ਰਲ ਕੇ ਪੰਜਾਬੀ ਸਿਖਾ ਸਕਦੇ ਸੀ ਤੇ ਸਾਡੇ ਵਿੱਚ ਵੀ ਕਿਤੇ ਨਾ ਕਿਤੇ ਇਹ ਬਹੁਤ ਕਮੀ ਹੈ ਤੇ ਜਿਹੜੇ ਵੀ ਇਹ ਉਪਰਾਲਾ ਕਰ ਰਹੇ ਆ ਆਪ ਜਿਨੇ ਜਿਵੇਂ ਦੱਸਿਆ ਹੈ ਵੀ ਬਾਹਰ ਵੀਰ ਕਰ ਰਹੇ ਆ ਬਹੁਤ ਵਧੀਆ ਉਪਰਾਲਾ ਕਰ ਰਹੇ ਸਿੱਖ ਇਤਿਹਾਸ ਪੜਾ ਰਹੇ ਆ ਲਿਟਰੇਚਰ ਹੋਰ ਵੀ ਕਲਾਸਾਂ ਚ ਲਾਗੂ ਕਰ ਰਹੇ ਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਸ ਵਾਸਤੇ ਸਾਡੇ ਇਹਨਾਂ ਨੂੰ ਸੰਸਥਾਵਾਂ ਨੂੰ ਚਾਹੀਦੀ ਆ ਜਿਵੇਂ SGPC ਹੈ ਹੋਰ ਹੈ ਬੀਏ ਜੋ ਗੁਰੂ ਗੁਰੂ ਦਾ ਜਿਹੜੀ ਗੋਲਕ ਹੈ ਉਹ ਇਹਨਾਂ ਚੀਜ਼ਾਂ ਵਾਸਤੇ ਵਰਤੇ ਪਰ ਕੇ ਜਦ ਕਿ ਉਹ ਉਲਟ ਰਿਹਾ ਹੈ ਗੁਰੂ ਦਾ ਲੰਗਰ ਹੈ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਰੈਲੀਆਂ ਵਾਂਗ ਰੋਲ ਰਿਹਾ ਆਪ ਜੀ ਨੇ ਪਿੱਛੇ ਖਬਰਾਂ ਦੇਖੀਆਂ ਸਾਰੀਆਂ ਹੈ ਜੀ ਤੇ ਬਾਕੀ ਹੋਰ ਜਿੰਨਾ ਵੀ ਪੈਸਾ ਉਹ ਜਿਹੜਾ ਚੰਗੇ ਪਾਸੇ ਇਸ ਪਾਸੇ ਲਾਣਾ ਚਾਹੀਦਾ ਸੀ ਪ੍ਰਸਾਰ ਤੇ ਪ੍ਰਚਾਰ ਲਈ ਲਾਣਾ ਚਾਹੀਦਾ ਸੀ ਸਿੱਖੀ ਦੇ ਵਧਣ ਫੁੱਲਣ ਲਈ ਤੇ ਉਹ ਕਿਤੇ ਕਿਤੇ ਨਾ ਕਿਤੇ ਉਹਦਾ ਜਿਹੜੀ ਹੈਗੀ ਹੈ ਵਰਤੋਂ ਬਹੁਤ ਜ਼ਿਆਦਾ ਨਜਾਇਜ਼ ਹੱਥਾਂ 'ਚ ਹੋ ਰਹੀ ਹੈ ਅਸੀਂ ਗੱਲ ਕਰੀਏ ਹੁਣ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਉਪਰਾਲੇ ਹੋ ਰਹੇ ਨੇ ਤੁਹਾਡੇ ਮੁਤਾਬਕ ਤੁਸੀਂ ਜਿਹੜੇ ਵਿਚਾਰ ਰੱਖ ਰਹੇ ਹੋ ਉਹਦਾ ਮੁਤਾਬਕ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਦਾਂ ਦੇ ਉਪਰਾਲੇ ਨਹੀਂ ਹੋ ਰਹੇ ਅਸੀਂ ਕੁਝ ਸੰਸਥਾਵਾਂ ਤੇ ਸਾਰੀ ਆਪਣੀ ਡੋਰ ਸਿੱਟੀ ਹੋਈ ਹੈ ਜੇ ਅਸੀਂ ਆਪਣੀ ਗੱਲ ਕਰੀਏ ਵੀ ਸਾਨੂੰ ਕੀ ਕਰਨਾ ਚਾਹੀਦਾ ਤਾਂ ਜੋ ਜਿਹੜੇ ਸਿੱਖੀ ਦੇ ਬਾਰੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਦੱਸ ਸਕੀਏ ਜਿਹੜੇ ਲੋਕ ਇਸ ਚੀਜ਼ ਤੋਂ ਅਣਜਾਣ ਨਹੀਂ ਸਾਡੇ ਵੀਰ ਜਿਹੜੇ ਉਪਰਾਲੇ ਕਰਦੇ ਵੀ ਹੈ ਜਿਵੇਂ ਹੁਣ ਸਤਕਾਰ ਕਮੇਟੀ ਨੂੰ ਲਾ ਲਓ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹ ਆਪਣੇ ਲੱਗੇ ਹੋਏ ਆ ਫਰਜ਼ ਨਿਭਾਉਣ ਤੇ ਉੱਥੇ ਜੇ ਅਦਰਬਾਜ ਉਹ ਕਹਿੰਨੇ ਵੀ ਭਾਈ ਆ ਮੜੀਆਂ ਤੇ ਮਠਾਂ ਤੇ ਗੁਰੂ ਗੁਰੂ ਸਾਹਿਬ ਦਾ ਸਰੂਪ ਨਾ ਲੈ ਕੇ ਜਾਓ ਉਹਨਾਂ ਤੇ ਪਰਚੇ ਕਰਦੇ ਤੇ ਜਦ ਕਿ ਉਹਨਾਂ ਦਾ ਇਹਨਾਂ ਨੂੰ ਸਾਥ ਦੇਣਾ ਚਾਹੀਦਾ ਵੀ ਉਹ ਵਧੀਆ ਉਪਰਾਲਾ ਕਰ ਰਹੇ ਆ ਵੀਰ ਤੇ ਵਿਦੇਸ਼ਾਂ ਵਾਲਿਆਂ ਨੂੰ ਵੀ ਮੇਰੀ ਵੀਰਾਂ ਨੂੰ ਹੱਥ ਜੋੜ ਕੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਵੀ ਜਿਹੜਾ ਤੁਹਾਡਾ ਪੈਸਾ ਹੈ ਉਹ ਜਾਇਜ਼ ਹੱਥਾਂ 'ਚ ਜਾਵੇ ਕਿਸੇ ਲੋੜਬੰਦ ਦੇ ਮੂੰਹ 'ਚ ਜਾਵੇ ਉਹ ਜਾਇਜ਼ ਹੈ ਜਿਹੜੀ ਉੱਥੋਂ ਭੇਜ-ਭੇਜ ਕੇ ਮਾਇਆ ਇੱਥੇ ਜਿਹਨੂੰ ਕਹਿੰਦੇ ਆ ਮੜੀਆਂ ਬਣਾਈ ਜਾਂਦੇ ਆ ਉਹਨਾਂ ਨੂੰ ਕਹੀ ਜਾਂਦੇ ਆ ਆਪਣੇ ਜੀ ਇਹ ਸਿੰਘ ਸ਼ਹੀਦਾਂ ਸਿੰਘ ਸ਼ਹੀਦਾਂ ਦਾ ਇਹ ਥੋੜੀ ਐ ਵੀ ਕੋਈ ਇੱਟਾਂ ਲਾਤੀਆਂ ਚਾਰੂ ਸਿੰਘ ਸ਼ਹੀਦ ਹੋਗੇ ਉਹ ਉਹ ਹੀ ਪੈਸਾ ਕਿਸੇ ਚੰਗੇ ਕਿਸੇ ਬੱਚੇ ਦੀ ਆਪਣਾ ਕੋਈ ਪੜਨ 'ਚ ਵਧੀਆ ਹੈਗਾ ਬੱਚਾ ਉਹਦੀ ਫੀਸ ਭਰਾਈ ਜਾਵੇ ਤੇ ਉਸ ਤੋਂ ਬਾਅਦ ਸਿੱਖੀ ਲਈ ਬੰਦੇ ਪ੍ਰਚਾਰ ਲਈ ਵਰਤੇ ਜਾਵੇ ਪਰ ਹੋ ਉਲਟ ਰਿਹਾ ਹੈ ਉਹ ਰੋਜ਼ ਉਹਨੂੰ ਆਪਣੇ ਮਾਰਬਲ ਲਾ ਲਾ ਕੇ ਟੈਲਾਂ ਲਾ ਲਾ ਕੇ ਇਟਾਂ ਕਬਰਾਂ ਪੱਕੀਆਂ ਕਰੀ ਜਾਂਦੇ ਨੇ ਬੜੀਆਂ ਬਣਾਈ ਜਾਂਦੇ ਜੀ ਸਤਿਕਾਰ ਕਮੇਟੀ ਦੇ ਜਾਂ ਕਈ ਕਾਰਵਾਈਆਂ ਤੇ ਵੀ ਕਾਫੀ ਇਤਰਾਜ਼ ਹੈ ਉਹ ਲੰਮਾ ਵਿਸ਼ਾ ਹੋ ਜਾਂਦਾ ਆਪਾਂ ਉੱਤੇ ਬਾਅਦ ਚ ਗੱਲ ਕਰਾਂਗੇ ਕੀ ਨਾਮ ਜੀ ਤੁਹਾਡਾ ਕਰਮਜੀਤ ਸਿੰਘ ਕਰਮਜੀਤ ਜੀ ਕਿੱਦਾਂ ਦੇਖਦੇ ਹੋ ਵਿਦੇਸ਼ਾਂ ਦੇ ਵਿੱਚ ਬਹੁਤ ਵਧੀਆ ਉਪਰਾਲੇ ਹੋ ਰਹੇ ਨੇ ਲੋਕਾਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਹੈ ਕੀ ਸਿੱਖ ਕੌਮ ਕੀ ਹੈ ਕਿੱਦਾਂ ਦੇਖਦੇ ਇੰਨਾ ਉਪਰਾਲਾ ਇਹ ਉਪਰਾਲੇ ਚਲੋ ਵਿਦੇਸ਼ਾਂ 'ਚ ਤਾਂ ਜਿਹੜੇ ਵੀਰ ਕਰ ਰਹੇ ਨੇ ਬਹੁਤ ਜ਼ਿਆਦਾ ਵਧੀਆ ਹੋ ਰਿਹਾ ਉੱਥੇ ਹੈਨਾ ਤੇ ਅਮਰੀਕਾ ਤਾਂ ਚਲੋ ਬਹੁਤ ਵੱਡੀ ਸਟੇਟ ਹੈ ਉਹਦੇ ਮੁਕਾਬਲੇ ਇੰਡੀਆ ਤਾਂ ਬਹੁਤ ਛੋਟਾ ਜਿਹਾ ਹੈਨਾ ਤੇ ਪੂਰੇ ਇੰਡੀਆ ਦੀ ਤਾਂ ਗੱਲ ਛੱਡੋ ਉਹਦੇ ਚੋਂ ਪੰਜਾਬ ਹੁਣ ਕਿੱਡਾ ਰਹਿ ਗਿਆ ਤੁਹਾਨੂੰ ਪਤਾ ਹੀ ਹੈ ਪੰਜਾਬ ਤੇ ਹਰਿਆਣੇ ਵਿੱਚ ਵੀ ਕੁਝ ਵੀ ਐਵੇਂ ਦਾ ਮਤਲਬ ਆਪਣਾ ਇਤਿਹਾਸ ਹੈ ਜਿਹੜਾ ਗੁਰੂ ਸਾਹਿਬ ਉਹਨਾਂ ਨੂੰ ਹੁਣ ਪਿੱਛੇ ਜਿਹੜੀਆਂ ਕਿਤਾਬਾਂ ਆਈਆਂ ਸੀਗੀਆਂ 12ਵੀਂ ਕਲਾਸ ਦੀਆਂ ਉਹਨਾਂ ਦੇ ਵਿੱਚ ਗੁਰੂ ਸਾਹਿਬ ਬਾਰੇ ਲਿਖਿਆ ਗਿਆ ਗੁਰੂ ਤੇਗ ਬਹਾਦਰ ਬਾਰੇ ਵੀ ਉਹ ਚੋਰ ਸੀਗੇ ਵੀ ਮਤਲਬ ਉਹ ਜਿਵੇਂ ਜ਼ਮੀਨ ਦਾ ਠੇਕਾ ਨਹੀਂ ਸੀ ਦਿੰਦੇ ਆ ਕੁਝ ਵੀ ਮਤਲਬ ਇਹ ਬਿਲਕੁਲ ਨਹੀਂ ਚਾਹੀਦਾ ਜਦ ਕਿ ਉਹਨਾਂ ਕਰਕੇ ਹੀ ਇਹ ਪੂਰਾ ਦੇਸ਼ ਜਿਹੜਾ ਇੱਕ ਸੇਫ ਹੋਇਆ ਹਰ ਇੱਕ ਰਿਲੀਜੀਅਨ ਇਹਦੇ ਚ ਆਪਣਾ ਹਰ ਇੱਕ ਧਰਮ ਚ ਜੋਤ ਜਗਦੀ ਹੈ ਜੇ ਕਿਸੇ ਦੇ ਕਿਸੇ ਦੇ ਮਤਲਬ ਕੋਈ ਵੀ ਰਿਲੇਟਡ ਹੈ ਤਾਂ ਉਹਨਾਂ ਦੇ ਸਦਕਾ ਹੋਇਆ ਸਾਰਾ ਕੁਝ ਇਹ ਜੋ ਗੁਰੂ ਗੋਬਿੰਦ ਸਿੰਘ ਜੀ ਹੈ ਸੀ ਬਿਲਕੁਲ ਇੱਥੇ ਮੈਂ ਗੱਲ ਦੱਸ ਦਵਾਂ ਕਿ ਕਿਤਾਬਾਂ ਦੇ ਵਿੱਚ ਬਹੁਤ ਸਾਰਿਆ ਗਲਤ ਇਤਿਹਾਸ ਬਾਰੇ ਲਿਖਿਆ ਜਾਂਦਾ ਐਜੀਪੀਸੀ ਕਹਿੰਦੀ ਹੈ ਵੀ ਅਸੀਂ ਲਗਾਤਾਰ ਅੱਖ ਰੱਖਦੇ ਆ ਪਰ ਕੁਝ ਕਿਤਾਬਾਂ ਐਜੀਪੀਸੀ ਦੇ ਬੈਨਰ ਹੇਟ ਛਪੀਆਂ ਨੇ ਉਹਨਾਂ ਦੇ ਵਿੱਚ ਵੀ ਗਲਤੀਆਂ ਪਾਈਆਂ ਜਾਂਦੀਆਂ ਕਿੱਦਾਂ ਦੇਖਦੇ ਜਦੋਂ ਐਜੀਪੀਸੀ ਦੀਆਂ ਕਿਤਾਬਾਂ ਦੇ ਵਿੱਚ ਹੀ ਬਹੁਤ ਸਾਰੀਆਂ ਗਲਤੀਆਂ ਲਿਖੀਆਂ ਪਾਈਆਂ ਜਾਂਦੀਆਂ ਵਿਰੋਧ ਵੀ ਹੁੰਦਾ ਤੇ ਕਿੱਦਾਂ ਦੇਖਦੇ ਅਜਿਹੀਆਂ ਘਟਨਾਵਾਂ ਅ ਐਜੀਪੀਸੀ ਬਾਰੇ ਦੇਖੋ ਜੀ ਹੁਣ ਗੱਲ ਇਹ ਹੈ ਕਿ ਇੱਕ ਜਿਹੜਾ ਪਰਿਵਾਰ ਹੈ ਹੁਣ ਉਹਦੇ ਅੰਡਰ ਹੋ ਗਿਆ ਸਿਸਟਮ ਹੈ ਸਾਰਾ ਸਿੱਧੇ ਜੇ ਤੌਰ ਤੇ ਕਹਾ ਬੱਚੇ-ਬੱਚੇ ਨੂੰ ਪਤਾ ਅਜੀ ਗੱਲ ਹੈ ਨਾ ਤੇ ਉਹਦੇ ਬਾਰੇ ਜੀ ਇਹ ਜਿਵੇਂ ਹੁਣ ਕਿਤਾਬਾਂ 'ਚ ਹਰ ਇੱਕ ਕਿਤਾਬ 'ਚ ਇਹਨਾਂ ਦਾ ਕੋਈ ਨਾ ਕੋਈ ਸ਼ਮੂਲੀਅਤ ਹੈਗੀ ਆ ਹੁਣ ਜਿਵੇਂ ਪਿੱਛੇ ਪਿਕਚਰਾਂ 'ਚ ਵੀ ਸ਼ਮੂਲੀਅਤ ਆਈ ਹੈ ਇਹਨਾਂ ਦੀ ਠੀਕ ਹੈ ਜੀ ਤੇ ਬਾਕੀ ਹੁਣ ਜਿਵੇਂ ਆਪਣਾ ਇਤਿਹਾਸ ਹੈ ਜਿਹੜਾ ਸਿੱਖਾਂ ਦਾ ਉਹ ਜਿਵੇਂ ਹੁਣ ਆ ਚੱਪਰਚੀੜੀ ਦੀ ਜੰਗ ਹੈ ਇਹ ਆ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜਾਂ ਹੋਰ ਜਿਵੇਂ ਚਮਕੌਰ ਸਾਹਿਬ ਦੀ ਜੰਗ ਹੈ ਇਹਨਾਂ ਤੋਂ ਵੱਡੀ ਤਾਂ ਹੈ ਹੀ ਨਹੀਂ ਕੋਈ ਹੈਨਾ ਤੇ ਉਹ ਵੀ ਨਹੀਂ ਇੱਥੇ ਦੱਸਿਆ ਜਾ ਰਿਹਾ ਬਾਕੀ ਸਾਹਿਬਜ਼ਾਦਿਆਂ ਨੂੰ ਵੀ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਜਿਹੜੀਆਂ ਵੀ ਕਿਤਾਬਾਂ ਆ ਰਹੀਆਂ ਨੇ ਆਉਣ ਵਾਲੇ ਟਾਈਮ 'ਚ ਆ ਕੁਝ ਵੀ ਇਹ ਹੈ ਨਾ ਜਿਵੇਂ ਬਹੁਤ ਆਰਆਰਐਸ ਦੇ ਵਿੱਚ ਬਹੁਤ ਜ਼ਿਆਦਾ ਪਰ ਹੁਣ ਆਰਆਰਐਸ ਨੂੰ ਕੀ ਕਹੀਏ ਸਾਡੇ ਵਿੱਚੋਂ ਬਹੁਤ ਮਿਕਸ ਹੋ ਗਏ ਜੀ ਉਹਨਾਂ ਦੇ ਲੋਕਾਂ ਦੇ ਵਿੱਚ ਵਿਚਰ ਕੇ ਇਹ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਉਪਰਾਲੇ ਹੋ ਰਹੇ ਨੇ ਹਾਲੀ ਦੇ ਵਿੱਚ ਜਿਹੜੀ ਅਮਰੀਕਾ ਦੀ ਖ਼ਬਰ ਸਾਹਮਣੇ ਆਈ ਹੈ ਕਿ ਨਿਊਯਾਰਕ ਦੇ ਵਿੱਚ ਹੁਣ ਸਿੱਖੀ ਇਤਿਹਾਸ ਬਾਰੇ ਪੜਾਇਆ ਜਾਊਗਾ ਬੱਚਿਆਂ ਨੂੰ 5ਵੀਂ 6ਵੀਂ ਦੀਆਂ ਜਮਾਤਾਂ ਦੇ ਵਿੱਚ ਉਸ ਚੀਜ਼ ਨੂੰ ਕਿੱਦਾਂ ਦੇਖਦੇ ਨੇ ਕੀ ਨਾਮ ਜੀ ਤੁਹਾਡਾ ਵਾਹਿਗੁਰ ਮੇਰਾ ਨਾਮ ਬਲਜੀਤ ਸਿੰਘ ਤਲਵੰਡੀ ਕਹਿੰਦੇ ਨੇ ਜੀ ਇਤਿਹਾਸ ਨੂੰ ਆ ਕਿਦਾਂ ਦੇਖਦੇ ਹੋ ਵਿਦੇਸ਼ਾਂ ਦੇ ਵਿੱਚ ਹੁਣ ਸਿੱਖ ਇਤਿਹਾਸ ਬਾਰੇ ਪੜਾਇਆ ਜਾਵੇਗਾ ਕਿਦਾਂ ਦੇਖਦੇ ਨੇ ਨਾ ਉਪਰਾਲੇ ਨੂੰ ਤੁਹਾਡੇ ਮੁਤਾਬਕ ਅਜੇ ਇਹ ਉਪਰਾਲੇ ਕਿੰਨੇ ਗਲੋਡ ਬੰਦ ਇਹ ਐਸ ਵਕਤ ਜਿਹੜੇ ਬਾਹਰਲੀਆਂ ਸੰਗਤਾਂ ਉਪਰਾਲੇ ਕਰ ਰਹੀਆਂ ਨੇ ਹਾਲਾਂਕਿ ਇਹ ਸਾਨੂੰ ਚਾਹੀਦੇ ਇਹ ਉਪਰਾਲੇ ਕਰਨੇ ਕਿਉਂਕਿ ਜਿੰਨਾ ਸਿੱਖ ਇਤਿਹਾਸ ਹੈ ਉਹ ਸਾਰਾ ਪੰਜਾਬ ਚ ਪਿਆ ਹੈ ਨਾ ਕਿ ਬਾਹਰ ਵਾਲੀਆਂ ਕੰਟਰੀਆਂ ਦੇ ਵਿੱਚ ਪਰ ਜਿਹੜੇ ਸਾਡੇ ਨੌਜਵਾਨ ਵੀਰ ਤੇ ਪਰਿਵਾਰ ਇੱਥੋਂ ਜਾ ਕੇ ਬਾਹਰ ਵਸੇ ਨੇ ਉਹਨਾਂ ਲਈ ਦਰਦ ਨੇ ਕਿ ਸਾਡੇ ਜਿਹੜਾ ਇਤਿਹਾਸ ਹੈ ਉਹ ਸਾਡਾ ਲੋਪ ਹੋ ਰਿਹਾ ਹੈ ਤੇ ਇਹ ਬਹੁਤ ਵੱਡਾ ਉਪਰਾਲਾ ਹੈ ਮਤਲਬ ਇਹਨੂੰ ਆਪਾਂ ਛੋਟਾ ਨਹੀਂ ਕਹਿ ਸਕਦੇ ਦੁਨੀਆ ਦਾ ਸਭ ਤੋਂ ਵੱਡਾ ਉਪਰਾਲਾ ਹੈ ਜਿਹੜਾ ਸਿੱਖ ਇਤਿਹਾਸ ਨੂੰ ਸਕੂਲਾਂ ਦੇ ਵਿੱਚ ਉੱਥੇ ਪੜਾਇਆ ਜਾਣਾ ਅਤੇ ਆਪਣੇ ਬੱਚਿਆਂ ਨੂੰ ਦੱਸਣਾ ਜੀ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਕਿੰਨੇ ਕੁ ਉਪਰਾਲੇ ਹੋ ਰਹੇ ਨੇ ਤੁਹਾਡੇ ਹਿਸਾਬ ਨਾਲ ਜਿੰਨੇ ਕੁ ਉਪਰਾਲੇ ਹੋ ਰਹੇ ਨੇ ਤੁਹਾਡੇ ਹਿਸਾਬ ਦੇ ਨਾਲ ਬਣਦੇ ਨੇ ਜਾਇਜ਼ ਨੇ ਜਾਂ ਨਹੀਂ ਜਾਇਜ਼ ਕਿਦਾਂ ਦੇਖਦੇ ਨੇ ਪੰਜਾਬ ਦੇ ਵਿੱਚ ਕਿੰਨਾ ਸਿੱਖੀ ਬਾਰੇ ਪ੍ਰਚਾਰ ਪੰਜਾਬ ਦੇ ਵਿੱਚ ਤਾਂ ਤੁਸੀਂ ਜੇ ਹੁਣ ਕਹੋ ਤੇ ਨਾ ਮਾਤਰ ਹੀ ਆ ਪੰਜਾਬ ਦੇ ਵਿੱਚ ਜਿਹੜੇ ਆਮ ਸਿੱਖ ਜਿਹੜਾ ਫਿਰਦਾ ਹੈ ਵਿਚਾਰਾ ਉਹ ਕਿਤੇ ਆਪਣੇ ਬੱਚਿਆਂ ਨੂੰ ਜਾਂ ਆਪਣੇ ਪਿੰਡਾਂ ਦੇ ਵਿੱਚ ਵਿਚਾਰਾਂ ਕਰਦਾ ਹੈ ਜੇ ਕਹੀਏ ਆਪਾਂ ਕਿਸੇ ਸੰਸਥਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਸੰਸਥਾ ਨੇ ਕੋਈ ਬਰਾਲਾ ਕਰਿਆ ਹੈ ਕਿ ਜਿਹੜਾ ਉਹ ਆਪਣੇ ਸਿੱਖ ਇਤਿਹਾਸ ਨੂੰ ਦੱਸ ਸਕੀ ਸਿੱਖ ਇਤਿਹਾਸ ਨੂੰ ਦੱਸਣ ਵਾਸਤੇ ਸਾਡੀਆਂ ਜਿਹੜੀਆਂ ਸ਼ਰਮੂਰ ਪਾਵਰਾ ਨੇ ਜਿਵੇਂ ਐਸਪੀਸੀ ਆ ਹੋਰ ਬੜੀਆਂ-ਬੜੀਆਂ ਨੇ ਸੰਸਥਾਵਾਂ ਨੇ ਉਹ ਸਿਰਫ ਮਤਲਬ ਇੱਕ ਕਟਪੁਤਲੀ ਵਾਲਾ ਸੌਦਾ ਰਹਿ ਗਿਆ ਉਹ ਇਹਦੇ ਬਾਰੇ ਕੁਝ ਨਹੀਂ ਦੱਸਦੀਆਂ ਮੋਸਟਲੀ ਜਿੰਨੇ ਵੀ ਮੈਂ ਮਹਾਲੀ ਦੇ ਵਿੱਚ ਇੱਥੇ ਦੇਖਿਆ ਹੈ ਕਿ ਜਿਹੜੇ ਸਕੂਲ ਪੰਜਾਬੀ ਸਕੂਲ ਨੇ ਜਾਂ ਜਿਹੜੇ ਮੋਸਟਲੀ ਇੱਥੋਂ ਦੇ ਲੋਕਲ ਸਕੂਲ ਨੇ ਉਹਨਾਂ ਦੇ ਵਿੱਚ ਵੀ ਇਹ ਚੀਜ਼ਾਂ ਨਹੀਂ ਦੱਸੀਆਂ ਜਾ ਰਹੀਆਂ ਔਰ ਜੇ ਕਰਕੇ ਮੈਂ ਉਹਨਾਂ ਨੂੰ ਮਾਸਟਰਾਂ ਨੂੰ ਜਾਂ ਟੀਚਰਾਂ ਨੂੰ ਸਵਾਲ ਕਰਦਾ ਕਿ ਇਹ ਕਿਉਂ ਨਹੀਂ ਤੁਸੀਂ ਉਹ ਕਹਿੰਦੇ ਕਿ ਨਹੀਂ ਜੀ ਸਾਨੂੰ ਮਤਲਬ ਇਹੀ ਤਗੀਦ ਕੀਤਾ ਜਾਂਦਾ ਕਿ ਤੁਸੀਂ ਹਿੰਦੀ ਵਿੱਚ ਗੱਲ ਕਰਨੀ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਇੱਕ ਬੱਚੇ ਨੂੰ ਪੁੱਛਿਆ ਸੀ ਮੇਰੇ ਮਿੱਤਰ ਦਾ ਬੱਚਾ ਸੀ ਤੇ ਉਹ ਘਰੇ ਹਿੰਦੀ ਚ ਗੱਲ ਕਰ ਰਿਹਾ ਸੀਗਾ ਆਪਣੇ ਸਿੱਖ ਪਰਿਵਾਰ ਚੋਂ ਤੇ ਮੈਂ ਉਹਨੂੰ ਪੁੱਛਿਆ ਵੀ ਮਤਲਬ ਤੁਸੀਂ ਪੰਜਾਬੀ ਚ ਕਿਉਂ ਨਹੀਂ ਗੱਲ ਕਰ ਰਹੇ ਉਹ ਕਹਿੰਦੇ ਸਾਡੀਆਂ ਟੀਚਰਾਂ ਕਹਿੰਦੀਆਂ ਐ ਕਿ ਤੁਸੀਂ ਹਿੰਦੀ ਚ ਗੱਲ ਕਰੋ ਤੇ ਮੈਂ ਉਹ ਸਕੂਲ ਦੇ ਵਿੱਚ ਵੀ ਗਿਆ ਉਹਦਾ ਨੇਮ ਵੀ ਸਕੂਲ ਦਾ ਹਿੰਦੀ ਚ ਲਿਖਿਆ ਸੀ ਹਾਲਾਂਕਿ ਉਹ ਸਾਡੇ ਟੈਕਸ ਤੇ ਸਾਡੇ ਖਰਚੇ ਤੇ ਪੰਜਾਬ ਮਹਾਲੀ ਦੇ ਵਿੱਚ ਸਕੂਲ ਚੱਲ ਰਿਹਾ ਤੇ ਮਤਲਬ ਸਾਨੂੰ ਇੰਨਾ ਗਰਾਵ ਵੱਲ ਨੂੰ ਲਜਾਇਆ ਜਾ ਰਿਹਾ ਹੈ ਪੰਜਾਬੀਅਤ ਨੂੰ ਸਿੱਖੀ ਨੂੰ ਔਰ ਸਿੱਖਾਂ ਨੂੰ ਕਿਉਂਕਿ ਇਹਨਾਂ ਨੂੰ ਕੋਈ ਵੀ ਇਹ ਨਹੀਂ ਚਾਹ ਰਿਹਾ ਕਿ ਇਹਨਾਂ ਨੂੰ ਪਾਵਰ ਦੇ ਕੇ ਤਾਂ ਕਰਿਆ ਜਾਵੇ ਹਾਂ ਐਜੇ ਸਿੱਖ ਜਿਹੜੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਕਰੀਆਂ ਸਾਡੇ ਯੋਧਿਆਂ ਨੇ ਕੁਰਬਾਨੀਆਂ ਕਰੀਆਂ ਉਹਦੇ ਕਰਕੇ ਜਿੰਨੀ ਵੀ ਸਿੱਖੀ ਜਿਹੜੀ ਅੱਜ ਵੱਧ ਫੁੱਲ ਰਹੀ ਹੈ ਉਹ ਗੁਰੂ ਦੇ ਸਦਕੇ ਫੁੱਲ ਰਹੀ ਹੈ ਨਾ ਕਿ ਕਿਸੇ ਇਨਸਾਨੀਤ ਜੇ ਜਿਹੜਾ ਇਨਸਾਨ ਹੈ ਉਹਦੇ ਉਪਰਾਲੇ ਕਰਕੇ ਫੁੱਲ ਰਹੀ ਹੈ ਇੱਥੇ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਖੇਤਾ ਜਿੱਥੋਂ ਪੰਜਾਬ ਨੂੰ ਜਾ ਪੰਜਾਬੀਆਂ ਨੂੰ ਜਾਂ ਪੰਜਾਬੀਅਤ ਨੂੰ ਤਾਕਤ ਮਿਲਨੀ ਹੈ ਉੱਥੇ ਹੀ ਉਪਰਾਲੇ ਜਿਹੜੇ ਆ ਬਣਦੇ ਨਹੀਂ ਕੀਤੇ ਜਾ ਰਹੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਹਿੰਦੀ ਬੋਲਣ ਦੇ ਲਈ ਮਜਬੂਰ ਕੀਤਾ ਜਾਂਦਾ ਪੰਜਾਬੀ ਨੂੰ ਕਿਤੇ ਨਾ ਕਿਤੇ ਦਰਕਨਾਰ ਕੀਤਾ ਜਾਂਦਾ ਇਹ ਬੜੀਆਂ ਦੁਖਦਾਈ ਗੱਲਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਜੇ ਇਹਨਾਂ ਦੀ ਮੰਨੀ ਹੈ ਤਾਂ ਇਹਨਾਂ ਦੇ ਮੁਤਾਬਕ ਜਿਹੜੀਆਂ ਆਪਣੀਆਂ ਸਿਰਮੌਰ ਸੰਸਥਾਵਾਂ ਨੇ ਉਹ ਵੀ ਉਹਨੇ ਬਣਦੇ ਉਪਰਾਲੇ ਨਹੀਂ ਕਰ ਰਹੀਆਂ ਕੀ ਨਾਮ ਜੀ ਤੁਹਾਡਾ ਹਾਂ ਸਤਨਾਮ ਸਿੰਘ ਜੀ ਨਾਮ ਜੀ ਕਿਦਾਂ ਦੇਖਦੇ ਹੋ ਪੰਜਾਬ ਦੀ ਅਸੀਂ ਗੱਲ ਕਰ ਰਹੇ ਸੀਗੇ ਵੀ ਪੰਜਾਬ ਦੇ ਵਿੱਚ ਬਣਦੇ ਉਪਰਾਲੇ ਨਹੀਂ ਹੋ ਰਹੇ ਵਿਦੇਸ਼ਾਂ ਦੇ ਵਿੱਚ ਉਪਰਾਲੇ ਹੋ ਰਹੇ ਨੇ ਕਿਦਾਂ ਦੇਖਦੇ ਆ ਉਹ ਸੀਨ ਨੂੰ ਹਾਂਜੀ ਦੇਖੋ ਜਿਹੜੀ ਚੀਜ਼ ਸਾਡੇ ਲਾਗੂ ਹੋਣੀ ਚਾਹੀਦੀ ਹੈ ਜੋ ਕਿ ਸਾਡੀ ਆਪਣੀ ਜਾਨਕ ਮਾਨਕ ਪੰਜਾਬੀ ਮੰਨ ਕੇ ਚੱਲੇ ਵੀ ਆਪਣੀ ਸਾਡੀ ਆਪਣੀ ਭਾਸ਼ਾ ਜਿਹੜੀ ਉਹ ਵਿਦੇਸ਼ਾਂ ਦੇ ਵਿੱਚ ਸਮਾਂ ਦੀ ਉਹਨੂੰ ਅੱਗੇ ਲਿਆਂਦਾ ਜਾ ਰਿਹਾ ਤੇ ਸਾਡੇ ਆਪਣੇ ਦੇਸ਼ ਦੇ ਵਿੱਚ ਹੁਣ ਪਿੱਛੇ ਟੱਕਿਆ ਜਾ ਰਿਹਾ ਦੇਖੋ ਨਾਰਮਲੀ ਗੱਲ ਹੈ ਵੀ ਜਿਹੜੇ ਹੁਣ ਆਪਾਂ ਬੱਚੇ ਕਹਿ ਰਹੇ ਆ ਜਿਆਦਾ ਨਸ਼ਾ ਮੰਨੀ ਜਾ ਰਹੇ ਆ ਜਾਂ ਹੋਰਾਂ ਬੱਚੇ ਗਲਤ ਕੰਮਾਂ ਬਣਨੀ ਜਾ ਰਹੇ ਆ ਉਹਦਾ ਮੇਨ ਵੱਡਾ ਕਾਰਨ ਵੀ ਇਹੀ ਹੈ ਕਿਉਂਕਿ ਉਹਨਾਂ ਨੂੰ ਸਹੀ ਰਸਤਾ ਹੀ ਨਹੀਂ ਪਤਾ ਨਾਰਮਲੀ ਗੱਲ ਦੇਖੋ ਜੇ ਆਪਾਂ ਛੋਟੀ ਜੀ ਗੱਲ ਲੈ ਕੇ ਚੱਲੋ ਵੀ ਜੇ ਆਪਾਂ ਮਕਾਨ ਰੱਖਦੇ ਆ ਜਦੋਂ ਮਕਾਨ ਬਣਾਉਣਾ ਸ਼ੁਰੂ ਕਰਦੇ ਆ ਉਹਦੀ ਆਪਾਂ ਕਹਿੰਦੇ ਆ ਵੀ ਨੀ ਮਜ਼ਬੂਤ ਹੋਵੇ ਤਾਂ ਕਿ ਮਕਾਨ ਜਿਹੜਾ ਉਹਦੀ ਲਾਈਫ ਜ਼ਿਆਦਾ ਹੋਵੇ ਜੇ ਜਿਹੜੇ ਹੁਣ ਬੱਚੇ ਆਪਣੀ ਗਲਤ ਕੰਮਾਂ ਬਣਨੀ ਜਾ ਰਹੇ ਆ ਉਹਨੂੰ ਸਿੱਖ ਇਤਿਹਾਸ ਬਾਰੇ ਨਹੀਂ ਪਤਾ ਸਿੱਖੀ ਬਾਰੇ ਕੱਖ ਨਹੀਂ ਪਤਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਰਦਾਰ ਹਰੀ ਸਿੰਘ ਨਲੂਆ ਕੌਣ ਸੀ ਉਹਨਾਂ ਨੂੰ ਇਹ ਨਹੀਂ ਪਤਾ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ ਉਹਨਾਂ ਨੂੰ ਕੱਖ ਵੀ ਨਹੀਂ ਪਤਾ ਠੀਕ ਹੈ ਉਹਨਾਂ ਨੂੰ ਸਿਰਫ ਜਿਹੜੀ ਕੀ ਹੈ ਵੈਸਟਰਨ ਕਲਚਰ ਜਿਹੜਾ ਮੂਰੇ ਲਿਆਂਦਾ ਜਾ ਰਿਹਾ ਠੀਕ ਹੈ ਉਹ ਪਰੋਸਿਆ ਜਾ ਰਿਹਾ ਤੇ ਉਸੇ ਰਸਤੇ ਤੋਂ ਚੱਲ ਰਹੇ ਆ ਵੈਸਟਰਨ ਕਲਚਰ ਦੇ ਵਿੱਚ ਜਿਹੜਾ ਨਸ਼ੇ ਵਗੈਰਾ ਚੱਲਦੇ ਸੀ ਪਹਿਲਾਂ ਉਹ ਹੁਣ ਕੀ ਆ ਉਹ ਸਾਰੇ ਇੱਧਰ ਆ ਗਏ ਠੀਕ ਹੈ ਵੈਸਟਰਨ ਉਹਨਾਂ ਨੇ ਜਦੋਂ ਆਪਣਾ ਇਤਿਹਾਸ ਫਰੋਲਿਆ ਜੋ ਗੋਰਿਆਂ ਨੇ ਫਰੋਲਿਆ ਜਾਂ ਉਹਨਾਂ ਨੇ ਜਦੋਂ ਮਾੜੀ ਸਟੱਡੀ ਕੀਤੀ ਇਹਦੇ ਉੱਤੇ ਉਹ ਇਹ ਚੀਜ਼ ਨੂੰ ਅਪਣਾ ਰਹੇ ਆ ਉਹਨਾਂ ਨੂੰ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਸਾਡੇ ਨਾਲੋਂ ਜ਼ਿਆਦਾ ਵਧੀਆ ਹੈ ਹਾਲਾਂਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਕਲਚਰ ਆ ਉਹ ਆਪਦਾ ਕਲਚਰ ਛੱਡ ਕੇ ਸਾਡਾ ਅਪਣਾਉਣ ਨੂੰ ਫਿਰਦੇ ਆ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਵਧੀਆ ਸਾਡਾ ਮੜਾ ਤੇ ਅਸੀਂ ਉਹਦਾ ਬਣਾ ਰਹੇ ਆ ਵੀ ਜਿਹੜਾ ਮੜਾ ਹੈ ਬੜੀ ਇੱਕ ਬਹੁਤ ਵਧੀਆ ਇਹਨਾਂ ਨੇ ਗੱਲ ਕੀਤੀ ਕਿ ਜੇ ਮਕਾਨ ਦੀ ਨੀਂਹ ਪੱਕੀ ਨਾ ਹੋਵੇ ਤਾਂ ਮਕਾਨ ਜ਼ਿਆਦਾ ਚਿਰ ਨਹੀਂ ਟਿਕ ਸਕਦਾ ਤੇ ਨੀਂਹ ਤਾਂ ਹੀ ਪੱਕੀ ਹੋਊਗੀ ਜੇ ਅਸਲ ਤੱਥਾਂ ਬਾਰੇ ਉਹਨਾਂ ਨੂੰ ਦੱਸਿਆ ਜਾਵੇ ਕਿਉਂਕਿ ਸਿੱਖ ਕੌਮ ਜਿਹੜੀ ਆ ਉਹਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਕੁਰਬਾਨੀਆਂ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਜਾਂ ਮੁਗਲਾਂ ਦੇ ਨਾਲ ਲੋਹਾ ਲੈਣ ਦੀ ਗੱਲ ਹੋਵੇ ਸਿੱਖਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਜਿਹਦੇ ਬਾਰੇ ਲੋਕਾਂ ਨੂੰ ਦੱਸਿਆ ਨਹੀਂ ਜਾ ਰਿਹਾ ਕਿ ਨਾਮ ਹਰਵਿੰਦਰ ਸਿੰਘ ਜੀ ਰਵਿੰਦਰ ਕਿੱਦਾਂ ਦੇਖਦੇ ਹੋ ਵਿਦੇਸ਼ਾਂ ਦੇ ਵਿੱਚ ਉਪਰਾਲੇ ਹੋ ਰਹੇ ਨੇ ਕਿ ਸਿੱਖੀ ਇਤਿਹਾਸ ਬਾਰੇ ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਬੱਚਿਆਂ ਨੂੰ ਪਤਾ ਲੱਗ ਸਕੇ ਕਿੱਦਾਂ ਦੇਖਦੇ ਆ ਜਿਹੇ ਉੱਪਰ ਸਰ ਦੇਖੋ ਇੱਕ ਅਗਰ ਸਟਾਰਟਿੰਗ ਦੇਖਿਆ ਜਾਵੇ ਤਾਂ ਮੇਨ ਜਿਹੜਾ ਸਾਡਾ ਪੰਜਾਬ ਹੈ ਗੁਰੂਆਂ ਦੀ ਧਰਤੀ ਇਹਦੀ ਬਾਹਰ ਜਾ ਕੇ ਦੇਖਿਆ ਜਾਵੇ ਅਕੋਰਡਿੰਗ ਪੰਜਾਬ ਦੇ ਮੁਕਾਬਲੇ ਸਾਨੂੰ ਬਹੁਤ ਇੱਜ਼ਤਮਾਨ ਮਿਲ ਰਿਹਾ ਸਰਦਾਰਾਂ ਨੂੰ ਸਿੱਖ ਫੈਮਲੀਆਂ ਨੂੰ ਈਵਨ ਕਿ ਜਿਹਨੇ ਲੋਕ ਸਾਨੂੰ ਪੰਜਾਬ ਦੇ ਵਿੱਚ ਇਨੀ ਰਿਸਪੈਕਟ ਨਹੀਂ ਮਿਲਦੀ ਜਿੰਨੀ ਕਿ ਫੋਰਮ ਦੇ ਵਿੱਚ ਮਿਲਦੀ ਆ ਅਸੀਂ ਲੋਕਾਂ ਦੇ ਵਿੱਚ ਵਿਚਰ ਕੇ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਉਪਰਾਲੇ ਹੋ ਰਹੇ ਨੇ ਉਹਨਾਂ ਨੂੰ ਕਿੱਦਾਂ ਦੇਖਦੇ ਨੇ ਕੀ ਨਾਮ ਕੀ ਤੁਹਾਡਾ ਕੁਲਵੀਰ ਸਿੰਘ ਜੀ ਬਾਬਾ ਜੀ ਕਿੱਦਾਂ ਦੇਖਦੇ ਹੋ ਹੁਣ ਵਿਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪੜਾਇਆ ਜਾਊਗਾ ਕਿੱਦਾਂ ਦੇਖਦੇ ਇਦਾਂ ਦੇ ਉਪਰਾਲਿਆਂ ਇਹ ਤਾਂ ਬਹੁਤ ਚੰਗੇ ਉਪਰਾਲੇ ਹੈਗੇ ਕਿ ਜਿਹੜੇ ਜਿਹੜੇ ਆਪਣੇ ਇੱਥੇ ਹੈ ਕਿਉਂਕਿ ਉਹਨਾਂ ਨੂੰ ਜਿਹੜੇ ਇੱਥੋਂ ਚਲੇ ਜਾਂਦੇ ਆ ਇੱਥੇ ਦਾ ਤਕਰੀਬ ਸਿੱਖੀ ਵੀ ਤਾਂ ਹੈ ਹੋਊਗਾ ਜੇ ਪੰਜਾਬੀ ਵਿੱਚ ਤਾਂ ਹੈਗੀ ਸੀ ਤੇ ਬਾਹਰ ਵੀ ਜੇ ਆਪਾਂ ਉਪਰਾਲੇ ਕਰਾਂਗੇ ਜਿਹੜੇ ਬੱਚੇ ਉੱਥੇ ਪੈਦਾ ਹੁੰਦੇ ਆ ਦਾ ਉਹਨਾਂ ਨੂੰ ਜ਼ਿਆਦਾ ਪਤਾ ਲੱਗ ਜਾਊਗਾ ਇਸ ਬਾਰੇ ਕਿ ਇਸ ਕਰਕੇ ਕਿ ਕਿੱਦਾਂ ਦੇਖਦੇ ਆ ਕਿਤੇ ਨਾ ਕਿਤੇ ਵਿਦੇਸ਼ੀ ਧਰਤੀ ਤੇ ਉਪਰਾਲੇ ਹੋ ਰਹੇ ਨੇ ਤੇ ਸਾਡੇ ਜਿੱਥੇ ਆਧਾਰ ਹੈਗਾ ਉੱਥੇ ਤੁਹਾਨੂੰ ਲੱਗਦਾ ਕਿ ਉਪਰਾਲਿਆਂ ਦੀ ਕਮੀ ਹੈ ਜਾਂ ਨਹੀਂ ਹੈ ਹਾਂ ਥੋੜਾ ਜਿਹਾ ਇਹ ਹੈਗਾ ਇੱਥੇ ਕਿਉਂਕਿ ਪਿੱਛੇ ਜਿਹੜਾ ਸੀਗਾ ਸਿਲੇਬਸ ਦਾ ਵੀ ਚੱਕ ਪਿਆ ਸੀਗਾ ਵੀ ਥੋੜੀ ਕੱਟਤੇ ਵੀ ਸਰ ਮੇਰੇ ਤਾਂ ਇਹੀ ਵਿਚਾਰ ਹੈ ਕਿ ਵੀ ਸਾਰ ਬੱਚਿਆਂ ਨੂੰ ਜਿਹੜੇ ਵੱਧ ਤੋਂ ਵੱਧ ਜੇ ਸਿਲੇਬਸ ਜਿਹੜੇ ਸਿੱਖੀ ਇਤਿਹਾਸ ਦਾ ਹੋਣਾ ਚਾਹੀਦਾ ਤੇ ਬੱਚਿਆਂ ਨੂੰ ਪਤਾ ਲੱਗਦਾ ਰਹੇ ਕਿ ਤੋਂ ਅੱਗੇ ਠੀਕ ਹੈ ਜੀ ਵਿਦੇਸ਼ਾਂ ਦੇ ਵਿੱਚ ਜਿਹੜੇ ਉਪਰਾਲੇ ਹੋ ਰਹੇ ਨੇ ਉਹਨਾਂ ਨੂੰ ਤੁਸੀਂ ਵਧੀਆ ਮੰਨਦੇ ਹੋ ਤੁਹਾਨੂੰ ਕੀ ਲੱਗਦਾ ਕਿੱਦਾਂ ਦੇ ਉਪਰਾਲੇ ਹੋਰ ਹੋਣੇ ਚਾਹੀਦੇ ਇਹਦੇ ਬਾਰੇ ਤਾਂ ਇਹ ਹੈ ਵੀ ਸਾਪਾਂ ਜਿਹੜੇ ਸਿੱਖੀ ਦਾ ਜਿਹੜਾ ਹੈਗਾ ਜਿਤਰਾ ਗੁਰਬਾਣੀ ਬਾਰੇ ਜ਼ਿਆਦਾ ਉਹਦੀ ਡਿਟੇਲ ਵੀ ਦੱਸਿਆ ਜਾਵੇ ਉਹਦੇ ਤਰ੍ਹਾਂ ਜਿਤਰਾ ਕਥਾ ਹੁੰਦੀ ਹੈ ਹੋਰ ਕਰਕੇ ਜਿਹੜੇ ਸਾਡੇ ਚੰਗੇ ਬੁਲਾਰੇ ਹੈਗੇ ਜਿਹੜੇ ਸਾਡੇ ਵਿਦਵਾਨ ਹੈਗੇ ਆ ਉਹ ਜਾਦਾ ਇੱਥੇ ਵੀ ਕੋਈ ਕਰਨ ਤੇ ਬਧਿਸਾਂ ਬਜ ਵੀ ਜਾਗ ਕਰਨ। ਕੀ ਨਾਮ ਜੀ ਤੁਹਾਡਾ? ਅਮਰਜੀਤ ਸਿੰਘ ਜੀ। ਕਿਦਾਂ ਦੇਖਦੇ ਹੋ ਵੀ ਵਿਦੇਸ਼ਾਂ ਦੇ ਵਿੱਚ ਹੁਣ ਉਪਰਾਲੇ ਹੋਣ ਲੱਗ ਪਏ ਨੇ ਇਹ ਬੱਚਿਆਂ ਨੂੰ ਉਧਰ ਇਹ ਖਾਸ ਕਰਕੇ 5ਵੀਂ 6ਵੀਂ ਦੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪੜਾਇਆ ਜਾਵੇਗਾ। ਕਿਦਾਂ ਦੇਖਦੇ ਆ ਜਿਹੇ ਉਪਰਾਲੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾਤਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ਾ ਚੋ ਵਰਨਾ ਨੂੰ ਸਾਂਝਾ ਚਾਹੇ ਕਿਸੇ ਵੀ ਕੌਮ ਦਾ ਕਿਸੇ ਵੀ ਧਰਮ ਨੂੰ ਮਨ ਜੋ ਸਾਡਾ ਧਰਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਾਡੇ ਈਸ਼ ਨੇ ਹਰੇਕ ਸਿੱਖ ਲਈ ਤੇ ਸਾਰੀ ਕੌਮ ਲਈ ਤੇ ਉਥੇ ਜਿੱਥੇ ਗੁਰੂ ਮਹਾਰਾਜ ਜੀ ਦਾ ਦੇਸ਼ ਆ ਰਾਜ ਕਰਕੇ ਖਾਲਸਾ ਕੀ ਰਹਿਣਾ ਕੋਈ ਮੈਂ ਬਹੁਤ ਬਹੁਤ ਜਿਸ ਤਰ੍ਹਾਂ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬਾਨ ਦੇ ਦਸੇ ਮਾਰਗ ਤੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਹੋ ਰਿਹਾ ਥਰੋਮਨਿਕ ਉਦਰਾ ਪ੍ਰਬੰਧਕ ਕਮੇਟੀ ਵੱਲੋਂ ਚੇਚੇ ਤੌਰ ਤੇ ਹਰੇਕ ਸਾਲ ਹਰੇਕ ਗੁਰਦੁਆਰਾ ਸਾਹਿਬਾਨ ਦੇ ਵਿੱਚ ਬੱਚਿਆਂ ਦੇ ਕੈਂਪ ਲਗਾਏ ਜਾਂਦੇ ਨੇ ਤੇ ਉਹਨਾਂ ਨੂੰ ਸਿੱਖੀ ਧਰਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਦਸਤਾਰ ਬੰਦੀ ਹੁੰਦੇ ਨੇ ਉਹਨਾਂ ਦੇ ਮੁਕਾਬਲੇ ਕਰਾ ਕੇ ਉਹਨਾਂ ਦਾ ਹੌਸਲਾ ਫੁਜਾਈ ਕੀਤੀ ਜਾਂਦੀ ਆ ਇਹ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਇਹ ਸਾਰੀ ਸੰਗਤ ਵਧਾਈ ਦੀ ਪਾਤਰਾ ਉੱਥੇ ਮੈਂ ਵਿਦੇਸ਼ਾਂ ਵਿੱਚ ਜੋ ਖਾਸ ਕਰਕੇ ਉਥੋਂ ਦੀ ਸਰਕਾਰਾਂ ਨੇ ਇਹਨੂੰ ਮੰਨਿਆ ਇਹ ਵੀ ਗੁਰੂ ਸਾਹਿਬ ਦਾ ਕਿਰਪਈਆ ਸੱਚੇ ਪਾਤਸ਼ਾਹ ਜੀ ਕਿਉਂਕਿ ਸਾਰੇ ਸੰਸਾਰ ਦੇ ਵਿੱਚ ਰਾਜ ਖੜਾ ਗਿਆ ਖਾਲਸਾ ਹੋਣਾ ਤੇ ਇਹ ਸਾਰਾ ਚੱਲਦਾ ਚੱਲਦਾ ਗੁਰੂ ਸਾਹਿਬਾਨ ਦਾ ਜੋ ਦੱਸਿਆ ਹੋਇਆ ਰਸਤਾ ਦੱਸਿਆ ਹੋਇਆ ਮਾਰਗਾ ਉਤੇ ਗੁਰੂ ਸਾਹਿਬ ਦੇ ਹੁਕਮ ਅੰਥਾਰ ਇਹ ਸਾਰੇ ਲਾਗੂ ਹੋਣਾ ਹੈ ਮੈਂ ਸਾਰੇ ਆਮ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਜਿੱਥੇ ਸਾਰੇ ਧਰਮਾਂ ਨੂੰ ਮਾਨ ਸਤਿਕਾਰ ਮਿਲਿਆ ਉੱਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਉਪਦੇਸ਼ ਆ ਉਹ ਖਾਸ ਕਰਕੇ ਜਿੰਨੇ ਵੀ ਸਾਡੇ ਵਿਗਿਆਨੀ ਵੀਰ ਨੇ ਉਹਦੇ ਦੱਸੇ ਮਾਰਗ ਤੇ ਦੱਸੇ ਹੋਏ ਗੁਰਬਾਣੀ ਦੇ ਹੁਕਮ ਤੇ ਚੱਲ ਰਹੇ ਨੇ ਉਹ ਵੀ ਇੱਕ ਗੁਰੂ ਸਾਹਿਬ ਦਾ ਬਹੁਤ ਵੱਡਾ ਉਪਦੇਸ਼ ਤੇ ਪਰਾਲਾ ਤੇ ਸੰਦੇਸ਼ ਜੋ ਪ੍ਰਮਾਤਮਾ ਨੇ ਆਪ ਸੱਚੇ ਪਾਤਸ਼ਾਹ ਨੇ ਆਪ ਹਾਜ਼ਰ ਨਜ਼ਰ ਹੋ ਕੇ ਇਸ ਧਰਤੀ ਤੇ ਬਿਰਾਜਮਾਨ ਕੀਤਾ ਜਿਸ ਤਰ੍ਹਾਂ ਨਿੱਕੀਆਂ ਜਿੰਦਾ ਵੱਡਾ ਸਾਕਾ ਚਮਕੌਰ ਦਾ ਸਾਕਾ ਸਰਹੰਦ ਦਾ ਸਾਕਾ ਜੋ ਕਿ ਸਾਡੇ ਬੱਚਾ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਹਤਾ ਮੈਂ ਸਾਰੀ ਸੰਗਤ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਪਵਨ ਧਰਤੀ ਤੇ ਜਾਂ ਚਮਕੌਰ ਸਾਹਿਬ ਦੀ ਧਰਤੀ ਤੇ ਦਰਸ਼ਨ ਕੀਤੇ ਨੇ ਉਹ ਬਧਾਈ ਦੇ ਪਾਤਰ ਨੇ ਤੇ ਜਿਨ੍ਹਾਂ ਨੇ ਨਹੀਂ ਕੀਤੇ ਉਨਾ ਨੂੰ ਮੈਂ ਹਾਟਰੀਅਰ ਕੀ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਉਸ ਸਥਾਨ ਦੀ ਜਰੂਰ ਦਰਸ਼ਨ ਕਰਾਓ ਤਾਂ ਕਿ ਦਰਸ਼ਨ ਕਰਕੇ ਉਹਨਾਂ ਬੱਚਿਆਂ ਤੇ ਸਿੱਖੀ ਸਪਿਰਿਟ ਪੈਦਾ ਹੋ ਸਕੇ ਜੇ ਅਸੀਂ ਗੱਲ ਕਰੀਏ ਬਹੁਤ ਸਾਰੀਆਂ ਘਟਨਾਵਾਂ ਨੇ ਸਿੱਖੀ ਇਤਿਹਾਸ ਬਹੁਤ ਵਿਰਾ ਆਪਾਂ ਵਿਸ਼ਾਲ ਕਹਿ ਸਕਦੇ ਹਾਂ ਬਹੁਤ ਸਾਰੀਆਂ ਬਹੁਤ ਸਾਰੇ ਕਿਸੇ ਨੇ ਬਹੁਤ ਸਾਰੇ ਸਾਕੇ ਨੇ ਅਸਲੀ ਇਤਿਹਾਸ ਆ ਸਾਡੇ ਕੋਲ ਜਿਹਦੇ ਬਾਰੇ ਕਿਤਨੇ ਕਿਤੇ ਬਹੁਤ ਸਾਰੇ ਜਿਹੜੇ ਸਿੱਖਿਆ ਆਧਾਰੀ ਨੇ ਪੰਜਾਬ ਦੀ ਗੱਲ ਕਰ ਲਈ ਤਾਂ ਉਥੇ ਨਹੀਂ ਪੜਾਇਆ ਜਾਂਦਾ ਤੁਹਾਨੂੰ ਕੀ ਲੱਗਦਾ ਕਿਹੋ ਜੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਤਾਂ ਜੋ ਸਿੱਖੀ ਇਤਿਹਾਸ ਬਾਰੇ ਜੋ ਬਹੁਤ ਮਹਾਨ ਇਤਿਹਾਸ ਆ ਬਹੁਤ ਸਾਰੀਆਂ ਕੁਰਬਾਨੀਆਂ 80% ਤੋਂ ਵੱਧ ਕੁਰਬਾਨੀਆਂ ਮੰਨੀਆਂ ਜਾਂਦੀਆਂ ਉਹਦੇ ਬਾਰੇ ਹਰੇਕ ਬੰਦੇ ਨੂੰ ਹਰੇਕ ਬੱਚੇ ਨੂੰ ਜਾਣੂ ਕਰਵਾਉਣ ਦੇ ਲਈ ਕਿਹੜੇ ਜਿਹੇ ਉਪਰਾਲੇ ਕਰਨੀ ਚਾਹੀਦੇ ਨੇ ਸਥਾਨਕ ਉਪਰਾਲਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡੇ ਪੱਤਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਤਾਂ ਜੇ ਹਰੇਕ ਗੁਰਦਰਾ ਸਾਹਿਬਾਂ ਦੇ ਵਿੱਚ ਕੀਰਤਨ ਕਥਾ ਰਾਗੀ ਢਾਡੀ ਪ੍ਰਚਾਰਕਾਂ ਰਾਹੀਂ ਸਾਰਾ ਕੰਮ ਕੀਤਾ ਜਾਂਦਾ। ਤੋਂ ਮੈਂ ਤਾਂ ਇਹ ਸਮਝ ਸਮਝਦਾ ਕਿ ਜਿਹੜਾ ਇੱਥੇ ਪ੍ਰਚਾਰ ਆ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਤੇ ਸਾਰੀ ਸੰਗਤ ਗੁਰਨਾਰਕ ਨਾਮ ਲੀਵਾ ਸੰਗਤ ਤੁਸੀਂ ਦੇਖਿਆ ਹੋਣਾ ਗੁਰਦਰਾ ਸਾਹਿਬਾਨਾਂ ਤੇ ਦੀਵਾਨਾਂ ਦੇ ਵਿੱਚ ਬਹੁਤ ਭਾਰੀ ਸਰਗਤ ਕਰਦੀ ਆ। ਇਹ ਸਾਰਾ ਜੋ ਥਰੋਮਨੀਕ ਉਤਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰ ਆ ਇਹ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ। ਇਹਦੇ ਵਿੱਚ ਸਾਰੀ ਸੰਗਤ ਨੂੰ ਵਧਾਈ ਦੇਣੀ ਚਾਹੀਦੀ। ਕੀ ਨਾਮ ਜੀ ਤੁਹਾਡਾ? ਭਰਪੂਰ ਸਿੰਘ। ਕਿਦਾਂ ਦੇਖਦੇ ਹਾਂ ਵਿਦੇਸ਼ਾਂ ਦੇ ਵਿੱਚ ਹੁਣ ਖਾਸ ਕਰਕੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪੜਾਇਆ ਜਾਵੇਗਾ ਅਜਿਹੀ ਕੋਸ਼ਿਸ਼ ਨੂੰ ਕਿਦਾਂ ਦੇਖਦੇ ਹੋ ਤੁਹਾਡੇ ਹਿਸਾਬ ਦੇ ਨਾਲ ਕਿੰਨੀਆਂ ਕੋਸ਼ਿਸ਼ਾਂ ਜਿਹੜੀਆਂ ਹੋਰ ਹੋਣ ਦੀ ਜ਼ਰੂਰਤ ਹੈ ਤਾਂ ਜੋ ਸਿੱਖੀ ਇਤਿਹਾਸ ਬਾਰੇ तमाम ਲੋਕਾਂ ਨੂੰ ਵਿਦੇਸ਼ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਜੋ ਵਿਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਉਹਨਾਂ ਨੇ ਪੰਜਾਬੀ ਦੇ ਵਿੱਚ ਸਿੱਖ ਇਤਿਹਾਸ ਦੀ ਜਾਣਕਾਰੀ ਦੇਣੀ ਸ਼ੁਰੂ ਕੀਤੀ ਹੈ ਇਹ ਇੱਕ ਬਹੁਤ ਹੀ ਵੱਡਾ ਉਹਨਾਂ ਦਾ ਸਲਾਘਾ ਜੋ ਕਦਮ ਹੈ ਕਿਉਂਕਿ ਗੁਰੂ ਸਾਹਿਬ ਦੀ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਅੱਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਕ ਉਪਜਿਆ ਕੌਣ ਭਲੇ ਕੋ ਮੰਦੇ ਆਪਣਾ ਸਾਰਾ ਹੀ ਸੰਸਾਰ ਆਪਾਂ ਸਾਰੇ ਹੀ ਪ੍ਰਾਣੀ ਆਪਣਾ ਜਨਮ ਪ੍ਰਕਿਰਿਆ ਸੇਮ ਹੈ ਜੇ ਜਨਮ ਪ੍ਰਕਿਰਿਆ ਸੇਮ ਹੈ ਤਾਂ ਭਾਵੇਂ ਆਪਾਂ ਅੱਡੋ ੜੀ ਖਿੱਤਿਆਂ ਦੇ ਵਿੱਚ ਧਰਮਾਂ ਦੇ ਵਿੱਚ ਵੰਡੇ ਹੋਏ ਆ ਆਪਾਂ ਨੂੰ ਸਾਰੇ ਹੀ ਧਰਮਾਂ ਦਾ ਸਤਕਾਰ ਵੀ ਕਰਨਾ ਪੰਡਦਾ ਪਰ ਗੁਰੂ ਸਾਹਿਬਾਨਾ ਨੇ ਸਾਰੇ ਧਰਮਾਂ ਨੂੰ ਬਰਾਬਰਤਾ ਬਖਸ਼ੀ ਹੈ ਕਿਉਂਕਿ ਉਪਦੇਸ਼ ਚੌ ਵਰਨਾ ਕੋ ਸਾਂਝਾ ਔਰ ਜੋ ਵੀ ਸਿੱਖ ਇਤਿਹਾਸ ਬਾਰੇ ਗੁਰਵਾਣੀ ਬਾਰੇ ਗੁਰਮਤ ਬਾਰੇ ਜਾਣਕਾਰੀ ਕਰੇਗਾ ਉਹਦੇ ਜੋ ਵੀ ਆਉਣ ਵਾਲੀਆਂ ਜਨਰੇਸ਼ਨ ਜ ਹੈ ਉਹਨਾਂ ਲਈ ਇੱਕ ਬੜੇ ਵੱਡੇ ਮਾਣ ਵਾਲੀ ਗੱਲ ਹੋਏਗੀ ਅਸੀਂ ਦੇਖਦੇ ਹਾਂ ਵਿਦੇਸ਼ਾਂ ਦੇ ਵਿੱਚ ਆਮ ਤੌਰ ਤੇ ਹੁਣ ਅਮਰੀਕਾ ਦੇ ਵਿੱਚ ਇਹ ਵੀ ਉਹਨਾਂ ਨੇ ਇੱਕ ਸਰਵੇ ਕੀਤਾ ਸੀ ਕਿ 70% ਦੀ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਹੀ ਨਹੀਂ ਇਸ ਕਰਕੇ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਤਾਂ ਜੋ ਲੋਕਾਂ ਨੂੰ ਉਧਰ ਪਤਾ ਲੱਗ ਸਕੇ ਕਿਉਂਕਿ ਨਸਲੀ ਭੇਤਪਾਪ ਬਹੁਤ ਵੱਧ ਗਿਆ ਸੀ ਅਟੈਕ ਵੀ ਹੁੰਦੇ ਸੀਗੇ ਸਿੱਖਾਂ ਦੀ ਪਛਾਣ ਬਾਰੇ ਲੋਕ ਜਾਣੂ ਨਹੀਂ ਸੀ ਕਿੰਨਾ ਕੁ ਅਸਰ ਹੋਵੇਗਾ ਇਸ ਚੀਜ਼ ਦਾ ਤਾਂ ਜੋ ਸਿੱਖਾਂ ਦੀ ਪਛਾਣ ਲੋਕਾਂ ਨੂੰ ਪਤਾ ਲੱਗੇ ਇਹ ਬਿਲਕੁਲ ਠੀਕ ਹੈ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਮੁਸਲਮਾਨ ਫਕੀਰਾਂ ਦੀ ਬਾਣੀ ਕਈ ਹਿੰਦੂ ਪੀਰਾਂ ਤੇ ਦੇਵਤਿਆਂ ਦੀ ਬਾਣੀ ਹੋਰ ਵੀ ਕਾਫੀ ਮਤਲਬੀ ਦੇ ਵਿੱਚ 31 ਮਹਾਂਪੁਰਸ਼ਾਂ ਦੇ ਪ੍ਰਵਚਨ ਦਰਜ ਹੈ ਉਹ ਵੱਖੋ ਵੱਖਰੇ ਸੂਬਿਆਂ ਨੂੰ ਬਿਲੋਂਗ ਕਰਦੇ ਸੀ ਵੱਖੋ ਵੱਖਰੀ ਅਖੌਤੀ ਧਰਮ ਜਾਤਾਂ ਦੇ ਵਿੱਚੋਂ ਆਏ ਸੀ ਪਰ ਗੁਰੂ ਸਾਹਿਬ ਨੇ ਸਭਨਾਂ ਨੂੰ ਇੱਕ ਏਕਤਾ ਬਖਸ਼ੀ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਦਿੱਤੀ ਜੋ ਅੱਜ ਨਸਲੀ ਵਿਤਕਰਿਆਂ ਬਾਰੇ ਵੀ ਆਪਾਂ ਗੱਲ ਕਰਦੇ ਆਂ ਵਿਦੇਸ਼ਾਂ ਦੇ ਵਿੱਚ ਬਹੁਤ ਪਣਪ ਰਿਹਾ ਹੈ ਇਹ ਕਾਰਨ ਔਰ ਉਹ ਇਹਦੇ ਤੇ ਵਿੱਚੋਂ ਇਹ ਥੋੜਾ ਇਹ ਡਿਫਰੈਂਟ ਹੋਏਗਾ ਕਿ ਸਿੱਖ ਧਰਮ ਨਾਲ ਜੋ ਰਿਲੇਟਡ ਹੈ ਉਹ ਇਦਾਂ ਦੀ ਕੋਈ ਕਾਰਵਾਈ ਗਲਤ ਨਹੀਂ ਕਰ ਸਕਦਾ ਕਿਉਂਕਿ ਸਰਬੱਤ ਦੇ ਭਲੇ ਦਾ ਧਰਮ ਹੈ ਸੋ ਜੋ ਸਿੱਖ ਇਤਿਹਾਸ ਬਾਰੇ ਜਾਣਕਾਰੀ ਹੋਏਗੀ ਬਾਕੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਵਿਦੇਸ਼ਾਂ ਦੇ ਵਿੱਚ ਕੀ ਸਾਡੇ ਇੰਡੀਆ ਪੰਜਾਬ ਦੇ ਵਿੱਚ ਸਿੱਖ ਧਰਮ ਦਾ ਜੋ ਇਤਿਹਾਸ ਹੈ ਉਹਦੇ ਬਾਰੇ ਅੱਜ ਦੇ ਸਟੂਡੈਂਟ ਬਹੁਤ ਘੱਟ ਜਾਣਦੇ ਨੇ ਇਹ ਇਧਰੋਂ ਵੀ ਉਪਰਾਲੇ ਹੋ ਰਹੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਸਾਲਾਂ ਤੋਂ ਧਰਮ ਪ੍ਰਚਾਰ ਦੀਆਂ ਇੱਕ ਲਹਿਰਾਂ ਚਲਾਈਆਂ ਗਈਆਂ ਨੇ ਉਹਦੇ ਅਨੁਸਾਰ ਛੋਟੇ ਬੱਚਿਆਂ ਨੂੰ ਧਰਮ ਦੇ ਨਾਲ ਧਰਮ ਦੇ ਵਿਰਸੇ ਦੇ ਨਾਲ ਸਿੱਖੀ ਸਿਧਾਂਤਾਂ ਦੇ ਨਾਲ ਜੋੜਿਆ ਜਾਂਦਾ ਹੈ ਉਹਨਾਂ ਨੂੰ ਕੰਪੈਰੀਟਿਵਲੀ ਸਾਰੇ ਧਰਮਾਂ ਦੀ ਬਾਰੇ ਨੌਲੇਜ ਵੀ ਦਿੱਤੀ ਜਾਂਦੀ ਹੈ ਉਹਦੇ ਵਿੱਚੋਂ ਦੇਖੋ ਸਿੱਖ ਧਰਮ ਇੱਕੋ ਇੱਕੰਮ ਹੈ ਪਹਿਲਾਂ ਵੀ ਕਹਿ ਕੇ ਹਟਿਆ ਕਿ ਇਹ ਸਭਨਾਂ ਲਈ ਸਾਂਝਾ ਹੈ ਔਰ ਸਾਰਿਆਂ ਲਈ ਉਪਦੇਸ਼ਾ ਮਾਤਰ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਤਿੰਨ ਸੁਨਹਿਰੀ ਸਿਧਾਂਤ ਸਨ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਹਰ ਇੱਕ ਇਨਸਾਨ ਤੇ ਲਾਗੂ ਹੁੰਦੀ ਹੈ ਉਹ ਉਹਦੇ ਨਾਲ ਜੋ ਕਿਰਤ ਹੈ ਉਹਦੇ ਨਾਲ ਆਪਦੀ ਉਪਜੀਵਕਾ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਜੋ ਨਾਮ ਜਪਣ ਦੀ ਗੱਲ ਹੈ ਉਹ ਜੋ ਵੀ ਕਿਸੇ ਧਰਮ ਚ ਪੈਦਾ ਹੋਇਆ ਉਸ ਪਰਮਾਤਮਾ ਦੇ ਸ਼ੁਕਰਾਨੇ ਲਈ ਆਪਣੇ ਧਰਮ ਅਨੁਸਾਰ ਉਹ ਆਪਣੀ ਆਰਾਧਨਾ ਸਾਧਨਾ ਕਰੇ ਔਰ ਇਸੇ ਤਰ੍ਹਾਂ ਵੰਡ ਛਕਣ ਦੀ ਜੋ ਲੰਗਰਾਂ ਦੀ ਪ੍ਰਥਾ ਹੈ ਗੁਰਨਾਨਕ ਦੇਵ ਜੀ ਨੇ ਚਲਾਈ ਸੀ ਹੁਣ ਇੱਥੇ ਗੱਲ ਆਉਂਦੀ ਹੈ ਕਿ ਉੱਥੇ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਕਿ ਉੱਥੇ ਪੇਦ ਪਾਪ ਦੇ ਨਾਲ ਕਈ ਵਾਰੀ ਨਸਲੀ ਦੰਗੇ ਨਸਲੀ ਬਬਾਦ ਖੜੇ ਹੋ ਜਾਂਦੇ ਨੇ ਉਹਨਾਂ ਨੂੰ ਨਿਜਠਣ ਲਈ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਇੱਕ ਤਾਂ ਸਾਡੀ ਸਿੱਖ ਕੌਮ ਦੇ ਇਤਿਹਾਸ ਬਾਰੇ ਉਹਨਾਂ ਲੋਕਾਂ ਨੂੰ ਵਿਦੇਸ਼ੀਆਂ ਨੂੰ ਵੀ ਜਾਣਕਾਰੀ ਮਿਲੇਗੀ ਕਿ ਇਹ ਜੋ ਧਰਮ ਹੈ ਇਹ ਸਰਬਸਾਂਝੀ ਗੁਰਬਾਨੀ ਹੈ ਔਰ ਇਹਦੇ ਇਤਿਹਾਸ ਦੇ ਵਿੱਚ ਅਨੇਕਾਂ ਹੀ ਕੁਰਬਾਨੀਆਂ ਨੇ ਔਰ ਕੁਰਬਾਨੀਆਂ ਭਰਿਆ ਇਤਿਹਾਸ ਅੱਜ ਉਹਨਾਂ ਕੁਰਬਾਨੀਆਂ ਦੀ ਸਦਕਾ ਹੀ ਅੱਜ ਅੰਗਰੇਜ਼ਾਂ ਦੇ ਦੇਸ਼ਾਂ 'ਚ ਵੀ ਪਤਾ ਲੱਗਿਆ ਕਿ ਇੰਗਲੈਂਡ ਦੇ ਵਿੱਚ ਵੀ ਔਰ ਅਮਰੀਕਾ ਦੇ ਵਿੱਚ ਵੀ ਜੋ ਜੋ ਕੈਨੇਡਾ ਦੇ ਵਿੱਚ ਵੀ ਜੋ ਸਾਰਾ ਗੜੀ ਦੇ ਸ਼ਹੀਦ ਸਨ ਉਹਨਾਂ ਦਾ ਇਤਿਹਾਸ ਪੜਾਇਆ ਜਾਂਦਾ ਹੈ ਆਪਣੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪਤਾ ਹੀ ਨਹੀਂ ਸੋ ਇਹ ਇੱਕ ਬੜਾ ਸਾਰਥਕ ਉਹਨਾਂ ਦਾ ਬਹੁਤ ਹੀ ਵੱਡਾ ਕਦਮ ਹੈ ਗੁਰੂ ਮਹਾਰਾਜਾ ਕਿਰਪਾ ਕਰਨ ਇਸ ਤਰ੍ਹਾਂ ਸਿੱਖ ਇਤਿਹਾਸ ਹੋਰ ਵੀ ਸਾਰੇ ਸੰਸਾਰ ਪੱਧਰ ਤੱਕ ਫੈਲੇਗਾ ਸੋ ਸਾਰੀਆਂ ਸੰਗਤਾਂ ਨੂੰ ਮੈਂ ਇਹੋ ਹੀ ਮੈਂ ਵੀ ਇੱਕ ਬੇਨਤੀ ਕਰਨੀ ਹੈ ਕਿ ਦੇਖੋ ਦਮਦਮਾ ਸਾਹਿਬ ਦੀ ਧਰਤੀ ਤਾਕਸੀ ਰਿੱ ਦਮਦਮਾ ਸਾਹਿਬ ਉਹ ਸਿਸਟਮੈਟਿਕਲੀ ਬੈਟਿਕਲੀ ਚੌਥਾ ਤਖਤ ਹੈ ਉੱਥੇ ਗੁਰੂ ਸਾਹਿਬ ਨੇ এডਿਕੇਸ਼ਨ ਦਾ ਵਰਦਾਨ ਦਿੱਤਾ ਕਿ ਜੋ ਵੀ ਸਾਡਾ ਸ਼ਰਦਾਲੂ ਇੱਥੇ ਆਏਗਾ ਜੋ ਆਪਣੀ ਉਂਗਲ ਦੇ ਨਾਲ ਉੱਥੇ ਰੇਤੇ ਦੇ ਉੱਪਰ ਅਲਫਾਬੇਟਾ ਕੇ ਲਈ 35 ਉਡਾੜਾ ਜਾਂ ਆਪਣੀ ਭਾਸ਼ਾ ਦੇ ਵਿੱਚ ਵੀ ਕੋਈ ਲਿਖੇਗਾ ਉਹ এডਿਕੇਸ਼ਨ ਦੇ ਵਿੱਚ ਬੱਚਾ ਪਰਪੱਕ ਰਹੇਗਾ ਸਫਲ ਹੋਏਗਾ ਸਾਰੀ ਉਮਰ ਚ ਔਰ ਉਹਨੂੰ ਜਿੱਥੋਂ ਤੱਕ ਵੀ ਕੋਈ ਐਗਜ਼ਾਮ ਜਾਂ ਕੋਈ ਜਿੱਥੋਂ ਤੱਕ ਕੰਪੀਟੀਸ਼ਨ ਲੜਨ ਦਾ ਕੋਈ ਸਮਾਂ ਮਿਲੇਗਾ ਤਾਂ ਜੇ ਉੱਥੇ ਉਸਨੇ ਵਰਦਾਨ ਲਿਆ ਹੋਵੇਗਾ ਤਾਂ ਉਹ ਉਹਦੇ ਵਿੱਚ ਪਰਫੈਕਟ ਹੋਵੇਗਾ ਔਰ ਆਪਣਾ ਦੇਸ਼ ਕੌਮ ਦਾ ਮਾਤਾ ਪਿਤਾ ਦਾ ਔਰ ਆਪਣੇ ਸਿੱਖ ਧਰਮ ਦਾ ਨਾਮ ਉੱਚਾ ਹੋਵੇਗਾ ਵਾਹਿਗੁਰੂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸਾਰੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਜੇ ਅਜਿਹੇ ਉਪਰਾਲੇ ਹੁੰਦੇ ਨੇ ਤਾਂ ਸਿੱਖ ਕੌਮ ਦੇ ਲਈ ਬਹੁਤ ਫਾਇਦੇ ਦੀ ਗੱਲ ਹੈ ਤੇ ਨਾਲ ਦੀ ਨਾਲ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਨਸਲੀ ਭੇਤਭਾਵ ਹੁੰਦੇ ਆ ਨਸਲੀ ਟਿੱਪਣੀਆਂ ਹੁੰਦੀਆਂ ਨੇ ਉਹ ਵੀ ਕਿਤੇ ਨਾ ਕਿਤੇ ਸਿੱਖਾਂ ਦੀ ਪਛਾਣ ਤੋਂ ਲੋਕ ਜਿਹੜੇ ਅਣਜਾਣ ਨੇ ਉਹੀ ਕਰ ਦਿੰਦੇ ਨੇ ਜੇ ਅਜਿਹੀਆਂ ਜਾਗਰੂਕਤਾ ਲੋਕਾਂ ਦੇ ਵਿੱਚ ਫੈਲਾਈ ਜਾਂਦੀ ਹੈ ਤੇ ਸਿੱਖੀ ਇਤਿਹਾਸ ਬਾਰੇ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾਵੇਗਾ ਤਾਂ ਉਮੀਦ ਹੈ ਕਿ ਇਹ ਜਿਹੜੀਆਂ ਨਸਲੀ ਟਿੱਪਣੀਆਂ ਜਾਂ ਨਸਲੀ ਵਿਵਾਦ ਹੁੰਦੇ ਨੇ ਉਹ ਵੀ ਘਟ ਜਾਣਗੇ ਤੇ ਸਿੱਖੀ ਬਾਰੇ ਜਦੋਂ ਲੋਕ ਜਾਣਨਗੇ ਤਾਂ ਸਿੱਖਾਂ ਦਾ ਸਤਕਾਰ ਕਰਨਾ ਵੀ ਸ਼ੁਰੂ ਕਰ ਦੇਣਗੇ ਫਿਰ